ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उलंघना है। अजिहा करन ते कानूनी कार्रवाई कीती जावेगी। ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਇੰਦਰ ਸ਼ਰਮਾ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਜਤਿੰਦਰ ਪੰਨੂ ਜੀ ਫਿਰ ਤੋਂ ਸਾਡੇ ਸਵਾਲਾਂ ਦਾ ਜਵਾਬ ਦੇਣਗੇ। ਉਹਨਾਂ ਪੱਖਦਿਆਂ ਮੁੱਦਿਆਂ 'ਤੇ ਗੱਲ ਕੀਤੀ ਜਾਏਗੀ ਜਿਸ ਦੀ ਜਾਣਕਾਰੀ ਤੁਹਾਨੂੰ ਵਿਸਥਾਰ ਦੇ ਵਿੱਚ ਪੰਨੂ ਸਾਹਿਬ ਦੇਣਗੇ। ਸੋ ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਸਵਾਗਤ ਕਰਾਂਗੇ ਪੰਨੂ ਸਾਹਿਬ ਦਾ ਆਪਣੇ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਵਾਗਤ ਹੈ ਸ਼ੋਅ ਦੇ ਵਿੱਚ। ਪੰਨੂ ਸਾਹਿਬ, ਗੁਜਰਾਤ ਦੇ ਲੋਕਾਂ ਦੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਸਰਦਾਰ ਸਰੋਵਰ ਪ੍ਰੋਜੈਕਟ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ। ਸੋ ਕਈਆਂ ਨੇ ਵਿਰੋਧ ਵੀ ਕੀਤਾ ਤੇ ਕਈਆਂ ਨੇ ਇਸ ਦਾ ਸਵਾਗਤ ਕੀਤਾ। ਸੋ ਇਸ ਵਿਵਾਦ ਦਾ ਕਾਰਨ ਕੀ ਸੀ? ਦੇਖੋ ਮਨਪ੍ਰੀਤ ਜੀ, ਗੱਲ ਇਹ ਹੈ ਕਿ ਪਾਣੀ ਦੇ ਵਸੀਲਿਆਂ ਨੂੰ ਸਾਂਭਣਾ ਪੈਣਾ। ਅਗਲੇ ਪਾਸੇ ਲੋੜਾਂ ਨੇ ਜੀ, ਉਹ ਪੂਰੀਆਂ ਕਰਨ ਵਾਸਤੇ ਨਹਿਰਾਂ ਵੀ ਪੁੱਟਣੀਆਂ ਪੈਣੀਆਂ। ਸਮੱਸਿਆਵਾਂ ਵੀ ਕਈ ਹੁੰਦੀਆਂ। ਪਹਿਲੀ ਸਮੱਸਿਆ ਤਾਂ ਇਹ ਕਿ ਲੋਕਾਂ ਨੂੰ ਪਾਣੀ ਨਹੀਂ ਮਿਲਦਾ, ਸੋਕੇ ਦੇ ਮਾਰੇ ਪਏ, ਫਸਲਾਂ ਵੀ ਸੁੱਕਦੀਆਂ ਨੇ ਜੀ। ਉਸ ਸਥਿਤੀ ਦੇ ਵਿੱਚ ਲੋਕਾਂ ਨੂੰ ਪਾਣੀ ਚਾਹੀਦਾ ਅਤੇ ਕਿੱਦਾਂ ਕੀਤਾ ਜਾਵੇ, ਉਸ ਪਾਣੀ ਵਾਸਤੇ ਕੁਛ ਨਾ ਕੁਛ ਪ੍ਰਬੰਧ ਜਿਹੜੇ ਕਰਨੇ ਪੈਣੇ ਆ ਅਤੇ ਕੀਤੇ ਜਾ ਰਹੇ ਆ। ਡੈਮ ਬਣਦੇ ਆ ਅਤੇ ਬਣਾਉਣੇ ਚਾਹੀਦੇ ਆ। ਜਿਹੜੀ ਦੂਸਰੀ ਸਮੱਸਿਆ ਉਹ ਇਹ ਕਿ ਜਿੱਥੇ ਡੈਮ ਬਣਦੇ ਆ, ਆਖਿਰਕਾਰ ਕੁਛ ਲੋਕ ਉਹਨਾਂ ਥਾਵਾਂ 'ਤੇ ਵੱਸਦੇ ਹੁੰਦੇ ਆ, ਉਹਨਾਂ ਦੇ ਵਸੇਬੇ ਦਾ ਕੋਈ ਪ੍ਰਬੰਧ ਕੀਤਾ ਜਾਣਾ ਚਾਹੀਦਾ। ਬਹੁਤੀ ਵਾਰੀ ਹੁੰਦਾ ਇਹ ਹੈ ਕਿ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ ਨਾਲ ਮਤਲਬ ਹੁੰਦਾ, ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਉੱਥੋਂ ਜਿਹੜੇ ਉਜੜੇ ਲੋਕ ਆ ਉਹ ਜਾਣਗੇ ਅਤੇ ਕਿੱਥੇ ਜਾਣਗੇ। ਸਾਡੇ ਵੇਖਦਿਆਂ ਵੇਖਦਿਆਂ ਟੀੜੀ ਗੜਵਾਲ ਦੇ ਵਿੱਚ ਇੱਕ ਡੈਮ ਬਣਿਆ, ਉਸ ਡੈਮ ਦੇ ਵਿੱਚ ਕਿੰਨੇ ਹੀ ਪਿੰਡ ਉਜੜ ਗਏ ਜੀ। ਅਤੇ ਉੱਥੇ ਇੱਕ ਚਿਪਕੋ ਅੰਦੋਲਨ ਵਾਲੇ ਸੁੰਦਰ ਲਾਲ ਬਹੁ ਗੁਣਾ ਹੁੰਦੇ ਸੀ, ਉਹ ਸੰਘਰਸ਼ ਕਰਦੇ ਰਹੇ ਕਿ ਡੈਮ ਬਣਾ ਕੇ ਅਗਲੇ ਪਾਸੇ ਤਾਂ ਤੁਸੀਂ ਭਾਵੇਂ 40 ਜ਼ਿਲ੍ਹਿਆਂ ਨੂੰ ਪਾਣੀ ਦੇ ਦਿਓ, ਜਿਹੜੇ ਆ ਉੱਜੜ ਗਏ ਇਹਨਾਂ ਵਾਸਤੇ ਤਾਂ ਦੁਨੀਆ ਖਤਮ ਹੋ ਗਈ। ਉਹਦੇ ਤੋਂ ਪਹਿਲਾਂ ਜਦੋਂ ਸਾਨੂੰ ਸੰਭਾਲਣੀ ਸੀ, ਭਾਖੜਾ ਡੈਮ ਬਣਿਆ, ਅਸੀਂ ਉਹਦਾ ਪ੍ਰਬੰਧ ਲੈਣ ਵਾਸਤੇ ਪੰਜਾਬ ਅਤੇ ਹਰਿਆਣਾ ਆਪੋ 'ਚ ਖਿੱਚੋਤਾਣ ਕਰਦੇ ਹਾਂ। ਪਰ ਜਿੱਥੇ ਡੈਮ ਬਣਿਆ ਉਹ ਤਾਂ ਹਿਮਾਚਲ ਪ੍ਰਦੇਸ਼ ਦੀ ਧਰਤੀ ਹੈ, ਉਹਦੇ ਤੋਂ ਪਿਛਲੇ ਪਾਸੇ 100 ਤੋਂ ਵੱਧ ਛੋਟੇ ਮੋਟੇ ਪਿੰਡ, ਜਿਹੜੇ ਕੁਝ ਵੱਡੇ ਪਿੰਡ ਕੁਝ ਛੋਟੇ ਪਿੰਡ, ਉਸ ਡੈਮ ਦੀ ਝੀਲ ਵਿੱਚ ਆ ਗਏ, ਜਿਹਨੂੰ ਅਸੀਂ ਗੋਬਿੰਦ ਸਾਗਰ ਝੀਲ ਕਹਿੰਦੇ ਹਾਂ ਜੀ। ਉਹਨਾਂ ਪਿੰਡਾਂ ਦੇ ਲੋਕਾਂ ਦਾ ਕੀ ਬਣਿਆ? ਉਹਨਾਂ 'ਚੋਂ ਕੁਝ ਲੋਕਾਂ ਨੂੰ ਲਿਆ ਕੇ ਇੱਥੇ ਭਾਖੜਾ ਨੰਗਲ ਤੋਂ ਲੈ ਕੇ ਰੋਪੜ ਤੱਕ ਸੜਕ ਦੇ ਖੱਬੇ ਸੱਜੇ ਜੰਗਲ ਦੀ ਜ਼ਮੀਨ ਦੇ ਕੇ ਵਸਾ ਦਿੱਤਾ ਗਿਆ, ਅਤੇ ਉਹ ਅੱਜ ਤੱਕ ਠੀਕ ਤਰ੍ਹਾਂ ਨਹੀਂ ਵੱਸ ਸਕੇ। ਕੁਝ ਲੋਕ ਉਹ ਸੀ ਜਿਨ੍ਹਾਂ ਨੂੰ ਰਾਜਸਥਾਨ 'ਚ ਜਾ ਕੇ ਜ਼ਮੀਨਾਂ ਦੇ ਦਿੱਤੀਆਂ ਜੀ। ਕੋਈ ਪਹਾੜ ਦੇ ਵਿੱਚ ਰਹਿਣ ਵਾਲਾ ਹੋਵੇ ਠੰਡੀ ਥਾਂ 'ਤੇ, ਉਹਨੂੰ ਜਾ ਕੇ ਤੁਸੀਂ ਰਾਜਸਥਾਨ ਦੇ ਵਿੱਚ ਤਪਦੇ ਰੇਤੇ 'ਚ ਸੁੱਟ ਦਿਓ, ਇਹਦੋਂ ਵੱਡੀ ਸਜ਼ਾ ਕਿਹੜੀ ਹੋ ਸਕਦੀ ਹੈ? ਅਤੇ ਫਿਰ ਜ਼ਮੀਨਾਂ ਉਹ ਮਿਲੀਆਂ ਜਿਨ੍ਹਾਂ ਨੂੰ ਪਾਣੀ ਮਿਲਦਾ ਨਹੀਂ, ਅਤੇ ਉੱਥੇ ਪਾਣੀ ਰੋਜ਼ ਮੀਂਹ ਪੈ ਜਾਂਦਾ ਸੀ, ਉਹ ਵੀ ਦੁਖੀ ਹੋਏ। ਹੁਣ ਜਦੋਂ ਸਰਦਾਰ ਸਰੋਵਰ ਪ੍ਰੋਜੈਕਟ ਬਣਨਾ ਸੀ, ਇਹਦਾ ਪਾਣੀ ਮਿਲੇਗਾ, ਬਹੁਤ ਸਾਰੇ ਲੋਕਾਂ ਨੂੰ ਮਿਲੇਗਾ। ਅੱਜ ਦੀ ਤਰੀਕ ਵਿੱਚ ਸਾਡੇ ਮੀਡੀਆ ਵਾਲੇ ਤਾਂ ਕਹਿੰਦੇ ਆ ਜੀ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਜੈਕਟ। ਨਾ ਇਹ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ, ਨਾ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਜਾਂ ਡੈਮ ਹੈ ਜੀ। ਭਾਰਤ ਦਾ ਸਭ ਤੋਂ ਉੱਚਾ, ਸਭ ਤੋਂ ਲੰਮਾ, ਸਭ ਤੋਂ ਵੱਡਾ ਪ੍ਰੋਜੈਕਟ ਹੈਗਾ, ਇਹ ਭਾਖੜੇ ਨੂੰ ਵੀ ਪਿੱਛੇ ਛੱਡ ਗਿਆ। ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਕ੍ਰਿਸ਼ਨਾ ਵਾਲਾ ਡੈਮ ਸੀ ਉਹਨੂੰ ਵੀ ਪਿੱਛੇ ਛੱਡ ਗਿਆ, ਉਹ ਭਾਖੜੇ ਤੋਂ ਵੱਡਾ ਸੀਗਾ, ਉਹਨਾਂ ਦੋਨੋਂ ਪਿੱਛੇ ਛੱਡ ਗਿਆ, ਹੁਣ ਟਾਪ 'ਤੇ ਆ। ਪਰ ਇਹਦਾ ਪਾਣੀ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਕਿ ਇਸ ਡੈਮ ਤੋਂ ਸ਼ੁਰੂ ਹੋਣਾ ਅਤੇ ਜਿਹੜਾ ਪਾਕਿਸਤਾਨ ਦੀ ਸਰਹੱਦ ਹੈ ਉਹਦੇ ਕੰਢੇ ਤੱਕ ਜਾ ਕੇ ਵੱਜੇਗਾ, ਠੋਕਰ ਲੱਗੇਗੀ। ਇਹ ਵੀ ਕਹਿਤਾ ਕਿ ਲੋਕਾਂ ਨੂੰ ਵੀ ਪਾਣੀ ਮਿਲੇਗਾ, ਖੇਤਾਂ ਨੂੰ ਵੀ ਮਿਲੇਗਾ, ਸ਼ਹਿਰਾਂ ਨੂੰ ਵੀ ਮਿਲੇਗਾ, ਅਤੇ ਨਾਲ ਬਾਰਡਰ 'ਤੇ ਬੈਠੇ BSF ਦੇ ਜਵਾਨਾਂ ਨੂੰ ਵੀ ਮਿਲੇਗਾ। ਚੰਗੀ ਗੱਲ ਆ ਦਿਓ। ਪਰ ਜਿੱਥੇ ਡੈਮ ਬਣ ਰਿਹਾ ਉੱਥੇ ਜਿਹੜੇ ਕਬਾਇਲੀ ਲੋਕ ਨੇ ਉਹ ਤਾਂ ਪਹਿਲਾਂ ਹੀ ਪਛੜੇ ਹੋਏ ਵਿਚਾਰੇ ਜੀ, ਨਾ ਉਹਨਾਂ ਨੂੰ ਕੋਈ ਭਾਸ਼ਾ ਸਮਝ ਆਉਂਦੀ ਹੈ, ਆਪਣੀ ਭਾਸ਼ਾ ਬੋਲਦੇ ਨੇ,
ਨਾ ਉਹਨਾਂ ਦੇ ਵਾਸਤੇ ਸਕੂਲਾਂ ਦਾ ਕਦੇ ਕਿਸੇ ਨੇ ਪ੍ਰਬੰਧ ਕੀਤਾ। ਜੰਗਲਾਂ ਵਿੱਚ ਜਾ ਕੇ ਜੇ ਕਿਸੇ ਨੇ ਕੁਝ ਦਿੱਤਾ ਤਾਂ ਉਹਨਾਂ ਲੈ ਲਿਆ, ਨਹੀਂ ਦਿੱਤਾ ਤਾਂ ਨਾ ਸਹੀ। ਉਹਨਾਂ ਕੋਲ ਤਾਂ ਲੀਡਰ ਸਿਰਫ ਵੋਟਾਂ ਲੈਣ ਜਾਂਦੇ ਹੁੰਦੇ ਸੀ, ਹੁਣ ਉਹਨਾਂ ਨੂੰ ਉੱਥੋਂ ਉਜਾੜਿਆ ਜਾ ਰਿਹਾ। ਕਹਿੰਦੇ ਕੀ ਆ, ਇਹਨਾਂ ਦੀਆਂ ਬਸਤੀਆਂ ਬਣਾ ਦਿਆਂਗੇ, ਬਸਤੀਆਂ 'ਚ ਰਹਿਣਗੇ। ਕਿਹੜੀਆਂ ਬਸਤੀਆਂ? ਜੇ ਤੁਸੀਂ ਬਸਤੀਆਂ ਬਣਾਉਣ ਜੋਗੇ ਹੋ ਤਾਂ ਦਿੱਲੀ ਕੁਰਬਲ ਕੁਰਬਲ ਕਿਉਂ ਕਰਦੀ ਪਈ ਹੋ? ਦਿੱਲੀ ਦੇ ਵਿੱਚ ਰੇਲ ਗੱਡੀ 'ਤੇ ਚੜ੍ਹ ਕੇ ਭਾਵੇਂ ਬਿਹਾਰ ਨੂੰ ਚੱਲ ਜਾਓ, ਚੜ੍ਹਦੇ ਵੱਲ ਨੂੰ, ਭਾਵੇਂ ਲਹਿੰਦੇ ਵੱਲ ਨੂੰ, ਪੰਜਾਬ ਵੱਲ ਨੂੰ ਆ ਜਾਓ, ਸਾਰਿਆਂ ਪੁਲਾਂ ਦੇ ਥੱਲੇ ਝੁੱਗੀ ਝੌਂਪੜੀ ਕਲੋਨੀਆਂ ਨੇ। ਜੇ ਤੁਸੀਂ ਸ਼ਹਿਰ ਵਿੱਚ ਵੜੋ ਤਾਂ ਹਰ ਫਲਾਈਓਵਰ ਦੇ ਥੱਲੇ ਝੁੱਗੀਆਂ ਦੀਆਂ ਕਲੋਨੀਆਂ ਨੇ। ਹਰ ਵੱਡੀ ਕਲੋਨੀ ਜਿਹੜੀ ਹੈ ਜਿੱਥੇ ਉੱਚੀਆਂ ਬਿਲਡਿੰਗਾਂ, ਉਹਦੇ ਪਿਛਲੇ ਪਾਸੇ ਝੁੱਗੀ ਝੌਂਪੜੀ ਕਲੋਨੀਆਂ, ਜਿਹਦੇ 'ਚੋਂ ਸਵੇਰੇ ਰੋਟੀਆਂ ਪਕਾਉਣ ਵਾਲੀਆਂ ਅਤੇ ਪੋਚਾ ਮਾਰਨ ਵਾਲੇ ਬੰਦੇ ਉਹ ਇਹਨਾਂ ਵੱਡੀਆਂ ਕੋਠੀਆਂ 'ਚ ਕੰਮ ਕਰਨ ਜਾਂਦੇ ਆ। ਉਹਨਾਂ ਨੂੰ ਤਾਂ ਤੁਸੀਂ ਅਜੇ ਤੱਕ ਕਲੋਨੀਆਂ ਬਣਾ ਕੇ ਦੇ ਨਹੀਂ ਸਕੇ, ਅਤੇ ਜਿੱਥੇ ਸਰਦਾਰ ਸਰੋਵਰ ਪ੍ਰੋਜੈਕਟ ਬਣਨਾ ਉਹਨਾਂ ਨੂੰ ਤੁਸੀਂ ਕਹੋਗੇ ਅਸੀਂ ਕਲੋਨੀਆਂ ਬਣਾ ਕੇ ਦੇ ਦਿਆਂਗੇ। ਉਹ ਹਰੀਕੇ ਪੱਤਣ ਆ ਜਿੱਥੇ ਜਾ ਕੇ ਸਤਲੁਜ ਅਤੇ ਬਿਆਸ ਸਾਡੇ ਦੋ ਦਰਿਆ ਇਕੱਠੇ ਹੁੰਦੇ ਆ। ਇਹ ਜਿੰਨਾ ਦੋਨਾਂ ਦਾ ਇਲਾਕਾ ਸਿੱਧਵਾਂ ਦੋਨਾਂ ਤੋਂ ਪਰੇ ਪਰੇ ਦਾ, ਸੁਲਤਾਨਪੁਰ ਲੋਧੀ ਤੋਂ ਪਰੇ ਦਾ, ਉਸ ਇਲਾਕੇ 'ਚ ਜਾ ਕੇ ਵੇਖੋ, ਉੱਥੇ ਕੋਈ ਲੋਕ ਮਿਲ ਜਾਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਉਦੋਂ ਹਰੀਕੇ ਪੱਤਣ ਵਾਲੀ ਝੀਲ 'ਚ ਆ ਗਈਆਂ, ਅੰਗਰੇਜ਼ਾਂ ਦੇ ਵਕਤ ਅਕਵਾਇਰ ਹੋ ਗਈਆਂ, ਡੈਮ ਬਣ ਗਿਆ। ਇਸ ਡੈਮ 'ਚੋਂ ਬਹੁਤ ਵੱਡੀ ਨਹਿਰ ਸਰ ਗੰਗਾ ਸਿੰਘ ਆਪਣੇ ਖਰਚੇ ਦੇ ਉੱਤੇ ਬਣਾ ਕੇ, ਅਤੇ ਗੰਗਾ ਸਿੰਘ ਨੇ ਨਹਿਰ ਗੰਗਾ ਨਗਰ ਤੱਕ ਪਹੁੰਚਾ ਲਈ, ਪਰ ਜਿਨ੍ਹਾਂ ਦੀਆਂ ਜ਼ਮੀਨਾਂ ਉਹਦੇ 'ਚ ਆ ਗਈਆਂ, ਇਸ ਵੇਲੇ 70 ਸਾਲ ਤੋਂ ਉੱਤੇ ਹੋ ਗਿਆ, ਉਹਨਾਂ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ। ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਦੀ ਹਾਲਤ ਕੀ ਹੁੰਦੀ ਆ? ਆ ਚੰਡੀਗੜ੍ਹ ਦੇ ਉਰਲੇ ਪਾਸੇ ਮੋਹਾਲੀ 'ਚ ਜਾ ਕੇ ਪੁੱਛ ਲਓ ਜੀ। ਉੱਥੇ ਇੱਕ ਕਿਸਾਨ ਨੇ ਜਾ ਕੇ ਅਦਾਲਤ ਤੋਂ ਆਰਡਰ ਲੈ ਆਉਂਦੇ ਆ ਕਿ ਮੋਹਾਲੀ ਦਾ ਰੇਲਵੇ ਸਟੇਸ਼ਨ, ਸਟੇਸ਼ਨ ਮਾਸਟਰ ਦੀ ਕੋਠੀ ਜਿਹੜੀ ਸਰਕਾਰੀ ਹੈ, ਅਤੇ ਜਿਹੜੀ ਵੀ ਪਹਿਲੀ ਟ੍ਰੇਨ ਆਵੇ ਉਹ ਸਾਰੀ ਫੜ ਕੇ ਅਤੇ ਜ਼ਬਤ ਕਰ ਲਓ, ਕਿਉਂਕਿ ਇਸ ਕਿਸਾਨ ਨੂੰ ਜ਼ਮੀਨ ਦੇ ਪੈਸੇ ਅੱਜ ਤੱਕ ਨਹੀਂ ਮਿਲੇ। ਕਿਉਂ? ਕਿਉਂਕਿ ਉੱਥੇ ਪਹਿਲਾਂ ਰੇਲਵੇ ਲਾਈਨ ਹੁੰਦੀ ਨਹੀਂ ਸੀ। ਚੰਡੀਗੜ੍ਹ ਤੋਂ ਲੁਧਿਆਣਾ ਵਾਸਤੇ ਰੇਲਵੇ ਲਾਈਨ ਬਣਾਈ ਗਈ ਵਾਇਆ ਖਰੜ ਜਿਹੜੀ ਆਉਂਦੀ ਹੈ ਜੀ। ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਉਹਦੇ 'ਚ ਆ ਗਈਆਂ, ਜਿਨ੍ਹਾਂ ਦੇ ਪਲਾਟ ਆ ਗਏ, ਉਹ ਰਗੜੇ ਗਏ। ਹੁਣ ਇਹ ਜਦੋਂ ਸਰਦਾਰ ਸਰੋਵਰ ਡੈਮ ਸਿਰੇ 'ਤੇ ਜਾਣਨਾ, ਇਹ ਆਖਣਾ ਕਿ ਸਰਦਾਰ ਵੱਲਭ ਭਾਈ ਪਟੇਲ ਦਾ ਸੁਪਨਾ ਪੂਰਾ ਕਰ ਦਿੱਤਾ, ਅਸੀਂ ਆਹ ਕਰ ਦਿੱਤਾ, ਆਹ ਕਰ ਦਿੱਤਾ, ਇਹ ਹੁਸੀਨ ਪੱਖ ਜਿਹੜੇ ਹੁੰਦੇ ਆ ਉਹ ਵਿਖਾਏ ਜਾਂਦੇ ਆ ਕਿ ਬਹੁਤ ਵਧੀਆ ਅਸੀਂ ਕੰਮ ਕਰ ਦਿੱਤਾ। ਇਹ ਨਹੀਂ ਵੇਖਣਾ ਚਾਹੀਦਾ ਕਿ ਤੁਸੀਂ ਬਣਾਇਆ ਕਿੰਨਾ, ਇਹ ਨਾਲ ਵੇਖਣਾ ਚਾਹੀਦਾ ਕਿ ਜਿਹੜਾ ਉਜਾੜਿਆ ਸੀ ਉਹਨੂੰ ਸੰਭਾਲਣ ਦਾ ਪ੍ਰਬੰਧ ਕੀ ਆ। ਇਹ ਨਹੀਂ ਵੇਖਣਾ ਚਾਹੀਦਾ ਕਿ ਐਡੀ ਵੱਡੀ ਬਿਲਡਿੰਗ ਉਸਾਰ ਲਈ ਆ, ਇਹ ਵੇਖਣਾ ਚਾਹੀਦਾ ਕਿ ਉਸਾਰਨ ਲੱਗਿਆ ਜਿਹੜਾ ਬਾਕੀ ਮਲਬਾ ਸੀ, ਜਿਹੜਾ ਉਹ 'ਚੋਂ ਕੂੜਾ ਕਚਰਾ ਸੁੱਟਿਆ ਸੀ, ਉਹ ਕਿੱਥੇ ਜਾ ਕੇ ਸੁੱਟਿਆ? ਪਰ ਜੇ ਉਹਨੇ ਜਾ ਕੇ ਜ਼ਿੰਦਗੀ ਗਰਕ ਕਰਨੀ ਹੈ ਤਾਂ ਉਹਦਾ ਧਿਆਨ ਵੀ ਪਹਿਲਾਂ ਰੱਖਣਾ ਚਾਹੀਦਾ। ਮੈਂ ਨਿੱਜੀ ਤੌਰ ਦੇ ਉੱਤੇ ਡੈਮ ਬਣਾਉਣ ਦੇ ਖਿਲਾਫ਼ ਨਹੀਂ। ਕੁਝ ਲੋਕ ਤਾਂ ਕਹਿੰਦੇ ਜੀ ਡੈਮ ਬਣਾਉਣੇ ਨਹੀਂ ਚਾਹੀਦੇ, ਕਿਉਂਕਿ ਡੈਮਾਂ ਦੇ ਮਾਮਲੇ 'ਚ ਸਾਡੇ ਇੰਜੀਨੀਅਰ ਠੀਕ ਕੰਮ ਨਹੀਂ ਕਰ ਰਹੇ। ਸਾਡੀ ਧਰਤੀ ਪਲੇਟਾਂ 'ਤੇ ਖੜੀ ਹੈ, ਕੋਈ ਪਲੇਟ 100 ਮੀਲ ਦੀ ਹੈ, ਕੋਈ 500 ਕਿਲੋਮੀਟਰ ਦੀ ਹੈ, ਕੋਈ 3000 ਕਿਲੋਮੀਟਰ ਦੀ, ਕੋਈ ਏਸ਼ੀਅਨ ਪਲੇਟ ਆ, ਕੋਈ ਇੰਡੀਅਨ ਓਸ਼ਨ ਪਲੇਟ ਹੈ, ਕੋਈ ਯੂਰਪੀਅਨ ਪਲੇਟ ਹੈ। ਐਡੀਆਂ ਐਡੀਆਂ 25-30 ਪਲੇਟਾਂ ਦੇ ਉੱਤੇ ਸਾਰੀ ਧਰਤੀ ਟਿੱਕੀ ਹੈ। ਉਹਨਾਂ ਵਿੱਚੋਂ ਜਿਹੜੀਆਂ ਸਭ ਪਲੇਟਾਂ ਨੇ ਛੋਟੀਆਂ ਪਲੇਟਾਂ, ਉਹਨਾਂ 'ਚੋਂ ਜੇ ਕਿਸੇ ਛੋਟੀ ਪਲੇਟ ਦੇ ਉੱਤੇ ਇਹ ਸਾਰਾ ਡੈਮ ਇੱਕੋ ਦੇ ਉੱਤੇ ਟਿੱਕ ਗਿਆ ਹੋਇਆ, ਅਤੇ ਉਹ ਕਿਸੇ ਵਿਅਕਤੀ ਦੇ ਬੋਝ ਨਾਲ ਇੱਕ ਸਾਈਡ ਨੂੰ ਹਿੱਲੀ, ਅਤੇ ਭੁਚਾਲ ਵੀ ਬਹੁਤ ਵੱਡੇ ਵੱਡੇ ਆਉਂਦੇ ਹੁੰਦੇ ਆ, ਅੱਗੇ ਗੁਜਰਾਤ ਵਿੱਚ ਵੀ ਆ ਚੁੱਕੇ ਆ, ਭੁੱਜ ਵਿੱਚ ਵੀ, ਲਾਟੂਰ 'ਚ ਵੀ, ਕੱਲ੍ਹ ਨੂੰ ਕੀ ਬਣੂ ਮੈਨੂੰ ਪਤਾ ਨਹੀਂ। ਪਰ ਇਹ ਪੱਕੀ ਗੱਲ ਹੈ ਕਿ ਡੈਮ ਬਣਾਉਣੇ ਪੈਣੇ, ਜਦੋਂ ਬਣਾਉਣੇ ਆ ਜਿਨ੍ਹਾਂ ਦਾ ਉਜਾੜਾ ਹੁੰਦਾ ਉਹਨਾਂ ਦਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ। ਇਹ ਨਹੀਂ ਹੋ ਸਕਦਾ ਕਿ 400 ਦਾ ਪ੍ਰਬੰਧ ਕਰਨ ਵਾਸਤੇ 40 ਉਜਾੜ ਦਿਓ, ਕੋਈ ਘੱਟ ਨੇ। ਜੇ ਇੱਕ ਬੰਦਾ ਵੀ ਉਜਾੜਿਆ ਜਾਵੇ, ਇੱਕ ਪਰਿਵਾਰ ਵੀ ਉਜਾੜਿਆ ਜਾਵੇ, ਆਖਿਰਕਾਰ ਉਹ ਵੀ ਮਨੁੱਖ ਨੇ, ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਜੀ। ਪੰਨੂ ਸਾਹਿਬ, ਅਗਲੇ ਸਵਾਲ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਤੋਂ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵਿਹਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। If you like this video, please subscribe the channel, like and share this video. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਟਾਈਮ ਡਿਸਕਸ਼ਨ ਦੇ ਵਿੱਚ। ਪਰ ਸਾਹਿਬ, ਪਤਾ ਲੱਗਾ ਕਿ ਕਿਸੇ ਨੇ ਇੱਕ ਸਵਾਲ ਪੁੱਛਿਆ ਕਿ ਡੇਰਾ ਮੁਖੀ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਸੋ ਜੇਲ੍ਹ ਅਧਿਕਾਰੀਆਂ ਨੇ ਅੱਗੇ ਡੇਰਾ ਮੁਖੀ ਨੂੰ ਪੁੱਛ ਲਿਆ ਕਿ ਇਹ ਸੂਚਨਾ ਦਿੱਤੀ ਜਾਵੇ ਕਿ ਨਹੀਂ, ਇੱਕ ਕੈਦੀ ਕੋਲੋਂ ਇਸ ਤਰ੍ਹਾਂ ਦਾ ਸਵਾਲ ਪੁੱਛਣਾ, ਇਹ ਕਿੱਥੋਂ ਦੀ ਸਹੀ ਗੱਲ ਹੈ? ਦੇਖੋ, ਭਾਰਤ ਵਿੱਚ ਅੱਜ ਕੱਲ੍ਹ ਲਾਗੂ ਆ RTI, ਰਾਈਟ ਟੂ ਇਨਫੋਰਮੇਸ਼ਨ ਐਕਟ ਜੀ। ਇਹਦੇ ਫਾਇਦੇ ਵੀ ਬਹੁਤ ਨੇ, ਇਹਦੇ ਪੁਆੜੇ ਵੀ ਬਹੁਤ ਨੇ। ਇਹ ਪਹਿਲਾਂ ਕਿਸੇ ਵਕਤ ਨਰਸਿਮਹਾ ਰਾਓ ਜਦੋਂ ਪ੍ਰਧਾਨ ਮੰਤਰੀ ਹੁੰਦਾ ਸੀ ਉਦੋਂ ਗੱਲ ਚੱਲੀ ਕਿ ਲੋਕਾਂ ਨੂੰ ਹੱਕ ਦੇਣਾ ਚਾਹੀਦਾ ਕਿ ਉਹ ਪੁੱਛ ਲੈਣ।
ਸਰਕਾਰੀ ਫਾਈਲਾਂ ਦੇ ਅੰਦਰਲੇ ਤੱਥ ਵੀ ਪੁੱਛਣ ਦਾ ਹੱਕ ਦੇਣਾ ਚਾਹੀਦਾ। ਕਹਿੰਦੇ ਨੇ ਹਾਂ ਦੇ ਦਿਆਂਗੇ ਪਰ ਦਿੱਤਾ ਨਹੀਂ। ਫਿਰ ਦੋ ਸਰਕਾਰਾਂ ਆ ਗਈਆਂ ਦੇਵਗੌੜਾ ਅਤੇ ਗੁਜਰਾਲ ਪ੍ਰਧਾਨ ਮੰਤਰੀਆਂ ਦੀਆਂ, ਉਹ ਵੀ ਕਹਿੰਦੇ ਰਹੇ ਪਰ ਦਿੱਤਾ ਨਹੀਂ। ਵਾਜਪਾਈ ਸਰਕਾਰ ਆਈ ਭਾਜਪਾ ਦੀ, ਇਹਨਾਂ ਨੇ ਕਾਨੂੰਨ ਮੰਤਰੀ ਬਣਾ ਤਾ ਬਹੁਤ ਵੱਡੇ ਵਕੀਲ ਲਾਲ ਕ੍ਰਿਸ਼ਨ, ਮਾਫ ਕਰਨਾ, ਜਿਹੜਾ ਰਾਮ ਜੇਠਮਲਾਨੀ, ਉਹਨੂੰ। ਜੇਠਮਲਾਨੀ ਕਈਆਂ ਸਾਲਾਂ ਤੋਂ ਇਹ ਰੌਲਾ ਪਾਉਂਦਾ ਸੀ ਕਿ ਲੋਕਾਂ ਨੂੰ ਹਰ ਗੱਲ ਦੀ ਸੂਚਨਾ ਪੁੱਛਣ ਦਾ ਅਧਿਕਾਰ ਹੋਣਾ ਚਾਹੀਦਾ, ਰਾਈਟ ਟੂ ਇਨਫੋਰਮੇਸ਼ਨ ਐਕਟ ਬਣਾਇਆ ਜਾਵੇ। ਉਹ ਜਦੋਂ ਬਣਾਇਆ ਗਿਆ ਅਤੇ ਆਹ ਜਿਹੜਾ ਦਿੱਲੀ 'ਚ ਅੱਜ ਕੱਲ੍ਹ ਮੁੱਖ ਮੰਤਰੀ ਬਣਿਆ ਅਰਵਿੰਦ ਕੇਜਰੀਵਾਲ, ਇਹ ਤਾਂ ਇਨਕਮ ਟੈਕਸ ਦਾ ਅਸਿਸਟੈਂਟ ਕਮਿਸ਼ਨਰ ਸੀ ਜੀ। ਇਹ ਉੱਥੋਂ ਛੁੱਟੀ ਲੈ ਕੇ ਬੈਠਾ ਸੀ ਆਪਣੇ ਸਟੱਡੀ ਲੀਵ 'ਤੇ। ਇਹ ਵੀ ਆਪਣਾ ਕੰਮ ਛੱਡ ਕੇ ਰਾਈਟ ਟੂ ਇਨਫੋਰਮੇਸ਼ਨ ਐਕਟ ਘੜਨ ਵਾਲੀ ਟੀਮ ਵਿੱਚ ਜਾ ਬੈਠਾ, ਇਹਨਾਂ ਰਲ ਕੇ ਬਣਾਇਆ ਸੀ, ਬਣਾ ਦਿੱਤਾ ਗਿਆ। ਪਰ ਵਾਜਪਾਈ ਸਾਹਿਬ ਨੇ ਇਹਨੂੰ ਪਾਸ ਕਰਨ ਤੋਂ ਨਾਂਹ ਕਰ ਦਿੱਤੀ, ਇਹਦੇ ਉੱਤੇ ਰਫੜ ਪੈ ਗਿਆ ਅਤੇ ਰਾਮ ਜੇਠਮਲਾਨੀ ਅਸਤੀਫਾ ਦੇ ਗਿਆ। ਮੁੜ ਕੇ ਸਰਕਾਰ ਟੁੱਟ ਗਈ, ਦੁਬਾਰਾ ਬਣ ਗਏ ਜੀ। ਉਹ ਸਰਕਾਰ ਬਣੀ ਤੋਂ ਅਖੀਰ ਇਹ ਸਹਿਮਤੀ ਹੋ ਗਈ ਕਿ ਦੇਣਾ ਚਾਹੀਦਾ, ਅਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਹੁੰਦਿਆਂ ਹੁੰਦਿਆਂ ਲਾਗੂ ਹੋ ਗਿਆ। ਹੁਣ ਉਹਦਾ ਫਾਇਦਾ ਕੀ ਹੈ? ਪੁਲਿਸ ਵਾਲੇ ਇੱਕ ਇਨਕੁਆਇਰੀ ਕਰਦੇ, ਫਿਰ ਦੂਸਰੀ ਕਰਦੇ, ਫਿਰ ਤੀਸਰੀ ਕਰਦੇ ਆ। ਥਾਣੇਦਾਰ ਲਿਖਦਾ ਕਿ ਸੁਲੱਖਣ ਸਿੰਘ ਬੜਾ ਮਾੜਾ ਬੰਦਾ ਜੀ, ਇਹ 'ਤੇ ਪਰਚਾ ਦਰਜ ਕਰ ਦੇਣਾ ਚਾਹੀਦਾ। ਸੁਲੱਖਣ ਸਿੰਘ ਦੇ ਬੰਦਿਆਂ ਦੀ ਪਹੁੰਚ ਹੁੰਦੀ, DSP ਤੋਂ ਰਿਪੋਰਟ ਕਰਾ ਦਿੰਦੇ ਜੀ ਇਹ ਬੰਦਾ ਬਹੁਤ ਵਧੀਆ, ਥਾਣੇਦਾਰ ਦੀ ਰਿਪੋਰਟ ਗਲਤ। ਦੂਜੀ ਪਾਰਟੀ ਜਾ ਕੇ SSP ਤੋਂ SP ਦੀ ਇਨਕੁਆਇਰੀ ਲਵਾ ਦਿੰਦੀ ਹੈ ਜੀ। ਉਹ ਕਹਿੰਦਾ ਜਿਹੜੀ ਥਾਣੇਦਾਰ ਦੀ ਰਿਪੋਰਟ ਠੀਕ ਸੀ, DSP ਨੂੰ ਭੁਲੇਖਾ ਲੱਗ ਗਿਆ। ਅੰਤ ਨੂੰ SP ਦੀ ਰਿਪੋਰਟ ਜਿਹੜੀ ਉਹ ਅਦਾਲਤ ਵਿੱਚ ਚਲ ਜਾਂਦੀ ਹੈ। ਹੁਣ ਰਾਈਟ ਟੂ ਇਨਫੋਰਮੇਸ਼ਨ ਐਕਟ ਵਿੱਚ ਬੰਦੇ ਨੂੰ ਇਹ ਅਧਿਕਾਰ ਆ ਕਿ ਉਹ ਪੁੱਛ ਲਵੇ ਕਿ ਜਿਹੜੇ ਹੇਠਾਂ ਪੜਤਾਲ ਕਰਨ ਵਾਲੇ 3 ਅਫਸਰ ਆ, ਉਹਨਾਂ ਤਿੰਨਾਂ ਨੇ ਵੱਖ ਵੱਖ ਕੀ ਰਿਪੋਰਟਾਂ ਦਿੱਤੀਆਂ। ਅਦਾਲਤ ਵਿੱਚ ਉਹਨੂੰ ਫਾਇਦਾ ਹੋ ਜਾਂਦਾ ਜੀ। ਟੈਲੀਫੋਨ ਨੰਬਰ ਕਿਸੇ ਦਾ ਕੋਈ ਦੂਸਰਾ ਜਾ ਕੇ ਕੰਪਨੀ ਤੋਂ ਪੁੱਛ ਸਕਦਾ ਕਿ ਫਲਾਨਾ ਨੰਬਰ ਸਾਨੂੰ ਅਦਾਲਤੀ ਕੇਸ ਵਾਸਤੇ ਚਾਹੀਦਾ, ਇਹਦੀ ਡਿਟੇਲ ਦਿੱਤੀ ਜਾਵੇ। ਇੱਕ ਬੰਦਾ ਜਲੰਧਰ ਤੋਂ ਪੁਲਿਸ ਨੇ ਫੜਿਆ, ਉਹਨੂੰ ਗੜ੍ਹ ਸ਼ੰਕਰ ਫਿਰ ਅਨੰਦਪੁਰ ਸਾਹਿਬ ਤੱਕ ਲਈ ਫਿਰਦੇ ਰਹੇ। ਸਭ ਥਾਵਾਂ 'ਤੇ ਲਿਜਾ ਕੇ ਉਹਦੇ ਨਾਲ ਨਾਲ ਉਹਨਾਂ ਸਾਰੀ ਤਲਾਸ਼ੀ ਕਰਾਈ, ਬੰਦੇ ਫੜ ਲਏ। ਅਗਲੇ ਦਿਨ ਆ ਕੇ ਕਾਗਜ਼ਾਂ 'ਚ ਇਹ ਕਹਿਤਾ ਕਿ ਬੰਗੇ ਦੇ ਲਾਗੇ ਖੜ੍ਹਾ ਸੀ ਅੱਡੇ 'ਤੇ, ਅਤੇ ਉੱਥੇ ਵਾਰਦਾਤ ਕਰਨ ਲੱਗਾ ਸੀ, ਅਸੀਂ ਘੇਰਾ ਪਾ ਕੇ ਫੜ ਲਿਆ। ਉਹ ਚੁੱਪ ਕੀਤਾ ਰਿਹਾ, ਅਦਾਲਤ ਵਿੱਚ ਜਾ ਕੇ ਅਰਜ਼ੀ ਦੇ ਦਿੱਤੀ ਜੀ ਕਿ ਮੇਰਾ ਟੈਲੀਫੋਨ ਨੰਬਰ ਅਤੇ ਥਾਣੇਦਾਰ ਦਾ ਟੈਲੀਫੋਨ ਨੰਬਰ ਦੋਵਾਂ ਦੀ ਡਿਟੇਲ ਕਢਾ ਲਈ ਜਾਵੇ। 3 ਦਿਨ ਹੋ ਗਏ ਆ, ਜਿੱਥੇ ਮੇਰਾ ਟੈਲੀਫੋਨ ਖੜਕਦਾ ਉੱਥੇ ਇਹਦਾ ਖੜਕਦਾ, ਅਸੀਂ ਦੋਵੇਂ ਇੱਕੋ ਇਲਾਕੇ 'ਚ ਰਹੇ ਹਾਂ, ਮੈਂ 3 ਦਿਨਾਂ ਤੋਂ ਇਹਨਾਂ ਦੀ ਹਿਰਾਸਤ ਵਿੱਚ ਆ, ਝੂਠ ਬੋਲਦੇ ਪਏ ਸਾਰੇ। ਇਹ ਗੱਲ ਸੱਚੀ ਸੀ। DSP ਵੀ ਅਤੇ ਥਾਣੇਦਾਰ ਵੀ, ਉਹ ਦੋਵੇਂ ਇੱਥੇ ਫਸ ਗਏ ਕਿ ਮੁਲਜ਼ਮ ਨੂੰ ਨਾਲ ਲੈ ਲਿਆ ਕੇ ਫਿਰਦੇ ਰਹੇ ਅਤੇ ਕਹਿੰਦੇ ਅਸੀਂ ਗ੍ਰਿਫਤਾਰ ਨਹੀਂ ਕੀਤਾ, ਅੱਜ ਗ੍ਰਿਫਤਾਰੀ ਪਾਈ ਹੈ ਜੀ, ਅਤੇ ਉਹਨੇ ਸਾਬਤ ਕਰਤਾ ਕਿ ਮੇਰਾ ਟੈਲੀਫੋਨ ਅਤੇ ਨਾਲ ਟੈਲੀਫੋਨ ਇਕੱਠੇ ਵੱਜਦੇ ਆ। ਇਹਦੇ ਤੋਂ ਹੁਣ ਕਈ ਮਹਿਕਮੇ ਡਰਨ ਲੱਗ ਪਏ। ਕੁਝ ਮਹਿਕਮਿਆਂ ਨੇ ਕਹਿਤਾ ਚਾਹੇ ਰਾਈਟ ਟੂ ਇਨਫੋਰਮੇਸ਼ਨ ਐਕਟ ਸਾਡੇ 'ਤੇ ਲਾਗੂ ਨਹੀਂ ਹੁੰਦਾ, ਫੌਜ ਨੇ ਆਖਿਆ ਲਾਗੂ ਨਹੀਂ ਹੁੰਦਾ, ਅਦਾਲਤਾਂ ਨੇ ਆਖਿਆ, ਕੁਝ ਗੱਲਾਂ 'ਚ ਹੁੰਦਾ ਕੁਝ ਵਿੱਚ ਨਹੀਂ ਹੁੰਦਾ। ਫਰਜ਼ ਕਰੋ ਤੁਹਾਨੂੰ ਪੈਨਸ਼ਨਾਂ ਬਾਰੇ ਪੁੱਛਿਆ ਜਾਵੇ, ਇਹਦੇ ਵਿੱਚ ਸੀਕ੍ਰੇਸੀ ਕਾਹਦੀ ਆ, ਤੁਸੀਂ ਦੱਸੋ ਪੈਨਸ਼ਨ ਦੇਣੀ ਕਿ ਨਹੀਂ ਦੇਣੀ ਜੀ। ਜੇ ਤੁਹਾਨੂੰ ਇਹ ਕੋਈ ਪੁੱਛੇ ਕਿ ਤੁਹਾਡੇ ਕੋਲ ਗੋਲੇ ਕਿੰਨੇ ਆ, ਬਰੂਦ ਕਿੰਨਾ, ਤੋਪਾਂ ਕਿੰਨੀਆਂ, ਇਹਨਾਂ 'ਚ ਖਰਾਬ ਕਿੰਨੀਆਂ, ਤੁਹਾਨੂੰ ਕੋਈ ਇਹ ਪੁੱਛੇ ਕਿ ਪਾਕਿਸਤਾਨ ਬਾਰੇ ਤੁਹਾਡੇ ਕੋਲ ਕੀ ਇਨਫੋਰਮੇਸ਼ਨ, ਉਹ ਤੁਸੀਂ ਨਾ ਦਿਓ। ਪਰ ਆ ਪੈਨਸ਼ਨ ਦਾ ਕੰਮ, ਗ੍ਰੇਡਾਂ ਦਾ ਕੰਮ, ਇਹੋ ਜਿਹੀਆਂ ਗੱਲਾਂ ਤੁਸੀਂ ਕਿੱਦਾਂ ਰੋਕ ਸਕਦੇ? CBI ਕੇਂਦਰ ਦੀ ਏਜੰਸੀ ਹੈ, ਇਹ ਕਹਿੰਦੀ ਸਾਡੇ 'ਤੇ ਲਾਗੂ ਨਹੀਂ ਹੁੰਦਾ ਜੀ। ਕੱਲ੍ਹ ਹਾਈ ਕੋਰਟ ਨੇ ਆਰਡਰ ਦੇ ਦਿੱਤਾ ਕਿ CBI ਦੇ ਉੱਤੇ ਵੀ ਕੁਛ ਗੱਲਾਂ 'ਤੇ ਲਾਗੂ ਹੋਵੇਗਾ, ਕੁਛ 'ਤੇ ਨਹੀਂ ਹੋਵੇਗਾ। ਇਸੇ ਆਧਾਰ 'ਤੇ ਇੱਕ ਬੰਦੇ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੁੱਛ ਲਿਆ ਕਿ ਬੜਾ ਰੌਲਾ ਪੈਂਦਾ ਜੀ, ਬਾਬੇ ਨੂੰ ਤਾਂ ਅੰਦਰ VIP ਟ੍ਰੀਟਮੈਂਟ ਮਿਲਦਾ ਪਿਆ, ਬਾਬੇ ਨੂੰ ਤਾਂ ਅੰਦਰ ਖਾਣ ਪੀਣ ਦੀ ਮੌਜ ਲੱਗੀ ਪਈ ਹੈ, ਬਾਬੇ ਵਾਸਤੇ ਉਚੇਚੇ ਪ੍ਰਬੰਧ ਕੀਤੇ ਪਏ, ਤੁਸੀਂ ਇਹ ਦੱਸੋ ਕਿ ਬਾਬਾ ਜਿਹੜੇ ਸੈੱਲ 'ਚ ਰਹਿੰਦਾ ਉੱਥੇ ਉਹਦੇ ਨਾਲ ਕੈਦੀ ਕਿੰਨੇ ਜੀ, ਉਹਦੇ ਖਾਣ ਪੀਣ ਦਾ ਕੀ ਪ੍ਰਬੰਧ ਹੈ, ਉਹਨੂੰ ਰੋਟੀ ਸਹੀ ਮਿਲਦੀ ਕਿ ਨਹੀਂ ਮਿਲਦੀ, ਉਹਦੇ ਵਾਸਤੇ ਹੋਰ ਸਹੂਲਤਾਂ ਕਿਹੜੀਆਂ ਕਿਹੜੀਆਂ ਦਿੱਤੀਆਂ ਗਈਆਂ ਨੇ, ਉਹ ਸਾਰੀਆਂ ਦੱਸੀਆਂ ਜਾਣ, ਉਹਦੇ ਮੁਲਾਕਾਤੀਆਂ ਦੇ ਬਾਰੇ ਦੱਸਿਆ ਜਾਵੇ। ਹੁਣ ਜੇਲ੍ਹ ਦੇ ਅੰਦਰਲੀਆਂ ਗੱਲਾਂ ਆਮ ਤੌਰ 'ਤੇ ਦੱਸੀਆਂ ਨਹੀਂ ਜਾਂਦੀਆਂ, ਪਰ ਕਿਸੇ ਖਾਸ ਕੇਸ ਵਿੱਚ ਜੇ ਕੋਈ ਇਹ ਸਮਝਦਾ ਕਿ ਪਬਲਿਕ ਇੰਟਰਸਟ ਦੀ ਗੱਲ ਹੈ, ਉਹਨੇ ਅਰਜ਼ੀ ਦੇ ਦਿੱਤੀ। ਰੋਹਤਕ ਜੇਲ੍ਹ ਦੇ ਅਧਿਕਾਰੀਆਂ ਦਾ ਕੰਮ ਹੈ ਕਿ ਉਹ ਕਾਨੂੰਨ ਦੀ ਕਿਤਾਬ ਫੋੜ ਕੇ ਵੇਖਣ ਕਿ ਇਹਨਾਂ ਗੱਲਾਂ ਦਾ ਅਸੀਂ ਜਵਾਬ ਦੇਣਾ ਕਿ ਨਹੀਂ ਦੇਣਾ। ਉਹ ਜਵਾਬ ਦੇਣ ਦੀ ਥਾਂ ਉਹਨਾਂ ਨੇ ਅਗਲੇ ਪਾਸੇ ਗੱਲ ਤਿਲਕਾ ਦਿੱਤੀ, ਕੈਦੀ ਨੂੰ ਪੁੱਛ ਲਿਆ ਤੇਰੇ ਬਾਰੇ ਕੁਛ ਲੋਕ ਪੁੱਛਦੇ ਆ, ਫਿਰ ਦੱਸੀਏ ਕਿ ਨਾ ਦੱਸੀਏ। ਉਹਨੇ ਅੱਜ ਤੱਕ ਸੱਚ ਬੋਲਿਆ
ਇਹ ਤਾਂ ਪਿਛਲੇ ਹਫ਼ਤੇ ਅੰਕੜੇ ਆ ਗਏ ਸਾਫ਼ ਬਾਹਰ ਕਿ ਉਹ ਕਹਿੰਦਾ ਸੀ ਮੇਰੇ 6 ਕਰੋੜ ਪੈਰੋਕਾਰ ਨੇ ਅਤੇ ਜਦੋਂ ਗਿਣਤੀ ਕੀਤੀ ਤਾਂ ਸਾਰੇ 11 ਲੱਖ ਨਿਕਲੇ ਨੇ ਪੰਜਾਬ ਹਰਿਆਣਾ ਸਾਰੇ ਰਲਾ ਮਿਲਾ ਕੇ। ਉਹ 11 ਲੱਖ ਦੇ 6 ਕਰੋੜ ਬਣਾ ਸਕਦਾ? ਉਹ ਤਾਂ ਨਿਰਾ ਹੀ ਮੈਸੰਜਰ ਆਫ ਬਣ ਕੇ ਗਾਰਡ ਬਣ ਕੇ ਝੂਠ ਬੋਲਦਾ ਰਿਹਾ। ਹਨੀਪ੍ਰੀਤ ਤਾਂ ਉਹਦੀ ਅੱਜ ਤੱਕ ਲੱਭਦੀ ਨਹੀਂ। ਜੇ ਪੁੱਛਣਾ ਤਾਂ ਉਹਨੂੰ ਇਹ ਪੁੱਛੋ ਕਿ ਉਹ ਬੀਬੀ ਜਿਹੜੀ ਸਾਰਿਆਂ ਦੀ ਬੇਬੇ ਬਣੀ ਬੈਠੀ ਸੀ ਉਹ ਕਿੱਥੇ ਚਲੀ ਗਈ ਆ, ਉਹ ਤਾਂ ਉਹਨੂੰ ਤੁਸੀਂ ਪੁੱਛਦੇ ਨਹੀਂ ਜੀ। ਉਹਨੂੰ ਇਹ ਤਾਂ ਪੁੱਛਦੇ ਨਹੀਂ ਕਿ ਤੇਰੇ ਡੇਰੇ ਦੇ ਵਿੱਚ ਜਿਹੜੀ ਗੁਫਾ ਬਣੀ ਸੀ ਅਤੇ ਸਕੂਲ ਦੀਆਂ ਬੱਚੀਆਂ ਦਾ ਜਿਹੜਾ ਹੋਸਟਲ ਆ, ਸੀਨੀਅਰ ਸੈਕੰਡਰੀ ਵਾਲੀਆਂ 16, 17, 18, 19 ਸਾਲ ਵਾਲੀਆਂ ਕੁੜੀਆਂ ਦਾ ਹੋਸਟਲ ਜੀ, ਆਪਣੇ ਬੈੱਡਰੂਮ ਤੋਂ ਉਸ ਹੋਸਟਲ ਤੱਕ ਤੂੰ ਸੁਰੰਗ ਕਾਹਦੇ ਲਈ ਬਣਾਈ ਸੀ, ਉਹ ਤੁਹਾਨੂੰ ਪੁੱਛਦੇ ਨਹੀਂ। ਅਤੇ ਉਹਨੂੰ ਇਹ ਪੁੱਛਣ ਲੱਗ ਪਿਆ ਕਿ ਤੇਰੇ ਬਾਰੇ ਕਿਸੇ ਨੇ ਆਹ ਜਾਣਕਾਰੀ ਮੰਗੀ ਹੈ, ਦੇਈਏ ਕਿ ਨਾ ਦੇਈਏ, ਜਾਣਕਾਰੀ ਦੇਣੀ ਕਿ ਨਹੀਂ ਦੇਣੀ, ਇਹ ਜੇਲ੍ਹ ਦੇ ਸੁਪਰਡੈਂਟ ਦਾ ਕੰਮ ਹੈ। ਜੇਲ੍ਹ ਦੇ ਸੁਪਰਡੈਂਟ ਨੂੰ ਜੇ ਇਹਦੇ ਉੱਤੇ ਕੋਈ ਅੜਚਣ ਆਉਂਦੀ ਆ, ਉਹ ਆਪਣੇ ਡੀ ਆਈ ਜੀ ਤੋਂ ਪੁੱਛ ਸਕਦਾ, ਆਪਣੇ ਆਈ ਜੀ ਤੋਂ ਪੁੱਛ ਸਕਦਾ। ਹਰਿਆਣਾ ਪੁਲਿਸ ਦੇ ਕੋਲ ਇੱਕ ਡੀ ਜੀ ਪੀ ਜੇਲ੍ਹਾਂ ਦਾ ਵੱਖਰਾ, ਉਹਨੂੰ ਪੁੱਛ ਸਕਦਾ ਜੀ ਦੱਸੋ ਕਾਨੂੰਨ ਮੁਤਾਬਕ ਕੀ ਆ। ਇਹਨਾਂ ਸਾਰਿਆਂ ਤੋਂ ਵੱਖਰੀ ਚੀਜ਼ ਇੱਕ ਹੋਰ ਹੁੰਦੀ ਹੈ, ਉਹਨੂੰ ਕਹਿੰਦੇ ਡੀ ਏ ਲੀਗਲ, ਡਿਸਟ੍ਰਿਕਟ ਅਟਾਰਨੀ ਲੀਗਲ ਓਪੀਨੀਅਨ ਦੇਣ ਵਾਸਤੇ ਹੁੰਦਾ, ਉਹਨੂੰ ਡੀ ਏ ਲੀਗਲ ਕਹਿੰਦੇ ਆ। ਉਹ ਉਹਨਾਂ ਨੂੰ ਚਿੱਠੀ ਭੇਜ ਕੇ ਪੁੱਛ ਸਕਦਾ ਕਿ ਮੈਨੂੰ ਕਾਨੂੰਨੀ ਤੌਰ 'ਤੇ ਦੱਸੋ ਕਿ ਆਹ ਗੱਲ ਕਿਸੇ ਨੇ ਪੁੱਛੀ ਆ, ਇਹਦਾ ਜਵਾਬ ਮੈਨੂੰ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਅਤੇ ਜੇ ਇਹ ਸਾਰੇ ਜਣੇ ਵੀ ਉਹਨੂੰ ਨਾ ਦੱਸਣ ਤਾਂ ਫਿਰ ਸਟੇਟ ਗੌਰਮੈਂਟ ਦਾ ਹਰ ਸੂਬੇ ਦੇ ਵਿੱਚ, ਹਰ ਰਾਜ ਦੇ ਵਿੱਚ ਇੱਕ ਐਡਵੋਕੇਟ ਜਨਰਲ ਹੁੰਦਾ, ਉਹਦੇ ਨਾਲ ਕੁਝ ਅਡੀਸ਼ਨਲ ਐਡਵੋਕੇਟ ਜਨਰਲ, ਕੁਝ ਅਸਿਸਟੈਂਟ ਐਡਵੋਕੇਟ ਜਨਰਲ, 150-200 ਲੱਗੇ ਹੁੰਦੇ ਆ। ਇਹ ਫਿਰ ਉਹਨਾਂ ਦੇ ਦਫ਼ਤਰ ਨੂੰ ਚਿੱਠੀ ਲਿਖੀ ਦੀ ਆ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਇਸ ਮਸਲੇ 'ਤੇ ਕਾਨੂੰਨੀ ਪੱਖ ਤੋਂ ਕਿਸੇ ਨੇ ਆਰ ਟੀ ਆਈ ਦੇ ਵਿੱਚ ਪੁੱਛਿਆ ਅਤੇ ਅਸੀਂ ਦੱਸੀਏ ਕਿ ਨਾ ਦੱਸੀਏ। ਅਜੇ 3 ਦਿਨ ਪਹਿਲਾਂ ਦੀ ਗੱਲ ਹੈ, ਕਿਸੇ ਨੇ ਆਰ ਟੀ ਆਈ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੁੱਛ ਲਿਆ ਕਿ ਇਹਦੀ ਆਪਣੀ ਆਮਦਨ ਕਿੰਨੀ ਆ ਅਤੇ ਇਹਦੀ ਘਰਵਾਲੀ ਦੀ ਕਿੰਨੀ ਆ। ਅਗਲੇ ਤਾਂ ਉਹਨੂੰ ਇਹ ਪੁੱਛਣ ਡਿਆ ਨੇ ਕਿ ਜਿਹੜੇ ਤੁਹਾਡੀ ਡਿਗਰੀ ਕਿਹੜੀ ਆ ਅਤੇ ਕਿਹੜੇ ਥਾਂ ਤੋਂ ਲਈ ਹੈ, ਤੁਹਾਡਾ ਰੋਲ ਨੰਬਰ ਦੱਸੋ ਜੀ। ਉੱਥੋਂ ਬਾਰੇ ਵੀ ਉਹ ਕਾਨੂੰਨੀ ਪੱਖ ਤੋਂ ਰਾਏ ਲੈ ਕੇ ਦੱਸਦੇ ਨੇ। ਪਰ ਇੱਥੇ ਮੈਨੂੰ ਸਮਝ ਲੱਗੀ ਕਿਉਂਕਿ ਹਰਿਆਣੇ ਦੀ ਸਰਕਾਰ ਬਾਬੇ ਦੀ ਪਹਿਲਾਂ ਵੀ ਮਦਦ ਕਰਦੀ ਰਹੀ ਹੈ, ਬਾਬੇ ਦੇ ਜਨਮ ਦਿਨ ਉੱਤੇ 51 ਲੱਖ ਦਾ ਚੈੱਕ ਵੀ ਦੇਣ ਵਾਸਤੇ 2 ਮੰਤਰੀ ਉਚੇਚੇ ਗਏ ਸਨ, ਬਾਬੇ ਨੂੰ ਬਚਾਉਣ ਵਾਸਤੇ ਇੱਥੋਂ ਤੱਕ ਵੀ ਗਈ ਕਿ ਕਹਿ ਕੇ ਕਿ ਅਸੀਂ ਘੇਰਾ ਪਾਇਆ ਅਤੇ ਡੇਰੇ ਦੀ ਤਲਾਸ਼ੀ ਲੈਣੀ ਆ। 1 ਦਿਨ 2 ਦਿਨ ਕਰਦਿਆਂ 14 ਦਿਨ ਲਾ ਦਿੱਤੇ ਤਾਂ ਕਿ ਉਹ ਡੇਰੇ ਵਿੱਚ ਸਾਰਾ ਕੁਝ ਗੰਦ ਬੰਦ ਸਾਂਭ ਲੈਣ ਅਤੇ ਮੁੜ ਕੇ ਜਾ ਕੇ ਤਲਾਸ਼ੀ ਕੀਤੀ ਜਾਵੇ। ਹੁਣ ਵੀ ਲੱਗਦਾ ਇਹ ਹੈ ਕਿ ਰੋਹਤਕ ਜੇਲ੍ਹ ਦੇ ਅਧਿਕਾਰੀਆਂ ਨੇ ਆਪ ਡੇਰੇ ਦੇ ਮੁਖੀ ਨੂੰ ਨਹੀਂ ਪੁੱਛਿਆ, ਕੈਦੀ ਨੂੰ ਨਹੀਂ ਪੁੱਛਿਆ ਕਿ ਤੇਰੀ ਜਾਣਕਾਰੀ ਦੇਈਏ ਕਿ ਨਾ ਦੇਈਏ। ਅਸਲ ਵਿੱਚ ਅਧਿਕਾਰੀਆਂ ਦੇ ਮਗਰ ਹਰਿਆਣੇ ਦੀ ਸਰਕਾਰ ਬੋਲਦੀ ਜਾਪਦੀ ਹੈ, ਜਿਹਨੇ ਆਖਿਆ ਹੋਊਗਾ ਗੱਲ ਤਲਕਾਉਣੀ ਆ, ਇਹ ਕਰ ਦਿਓ, ਉਹ ਅੱਗੋਂ ਲਿਖ ਦੂਗਾ ਜੀ ਮੇਰੀ ਜਾਣਕਾਰੀ ਨਾ ਦਿਓ ਅਤੇ ਫਿਰ ਤੁਸੀਂ ਨਾ ਦਿਓ। ਇਹ ਜੋ ਕੁਛ ਹੋ ਰਿਹਾ ਸਾਰਾ ਕੁਝ ਮਿਲ ਜੁਲ ਕੇ ਸਰਕਾਰ ਅਤੇ ਕੈਦੀ ਦੇ ਵਿਚਾਲੇ ਜਿਹੜੀ ਸਾਂਝ ਆ ਉਹਨੂੰ ਜ਼ਾਹਰ ਕਰਦਾ ਜੀ। ਪੰਨੂ ਸਾਹਿਬ, ਅਗਲੇ ਪੜਾਅ ਤੋਂ ਪਹਿਲਾਂ ਫਿਰ ਤੋਂ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। If you like this video, please subscribe the channel, like and share this video. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਪਾਕਿਸਤਾਨ ਏਅਰਲਾਈਨਸ ਦਾ ਇੱਕ ਜਹਾਜ਼ ਚੋਰੀ ਹੋ ਗਿਆ ਅਤੇ ਫਿਰ ਲੱਭਾ ਨਹੀਂ, ਅਤੇ ਬਾਅਦ ਵਿੱਚ ਖਬਰ ਮਿਲੀ ਹੈ ਕਿ ਏਅਰਲਾਈਨਸ ਦੇ CEO ਨੇ ਚੋਰੀ ਲਿਜਾ ਕੇ ਵਿਦੇਸ਼ ਦੇ ਵਿੱਚ ਉਹਨੂੰ ਵੇਚ ਦਿੱਤਾ। ਇਹ ਚੋਰੀ ਦੀ ਕਹਾਣੀ ਕੀ ਹੈ ਅਸਲ ਦੇ ਵਿੱਚ? ਵੈਸੇ ਕਮਾਲ ਦੀ ਗੱਲ ਨਹੀਂ ਕਿ ਜਹਾਜ਼ ਵੀ ਚੋਰੀ ਹੋ ਗਿਆ ਅਤੇ ਅੱਗੇ ਜਾ ਕੇ ਵਿਕ ਗਿਆ? ਹਾਂਜੀ, ਪਾਕਿਸਤਾਨ ਦੇ ਵਿੱਚ ਜੋ ਵੀ ਹੋ ਜਾਵੇ ਜੀ ਸਭ ਸੱਚ ਹੈ। ਇੱਥੇ ਇੱਕ ਰਾਸ਼ਟਰਪਤੀ ਹੁੰਦਾ ਸੀ, ਉੱਤੇ ਕਰਪਸ਼ਨ ਦੇ ਕੇਸਿਸ ਸੀ ਅਤੇ ਅਦਾਲਤ ਵਿੱਚ ਜਾ ਕੇ ਦੱਸਿਆ ਗਿਆ ਕਿ ਜਿਹੜਾ ਰਾਸ਼ਟਰਪਤੀ ਹੈ ਤਾਂ ਰਾਸ਼ਟਰਪਤੀ ਬਣਨ ਦੇ ਕਾਬਲ ਨਹੀਂ, ਇਹਦੇ ਦਿਮਾਗ 'ਚ ਨੁਕਸ ਹੈ। ਅਤੇ ਰਾਸ਼ਟਰਪਤੀ ਦੇ ਵਕੀਲ ਨੇ ਜਾ ਕੇ ਲਿਖਤੀ ਤੌਰ 'ਤੇ ਦਿੱਤਾ, ਹੁਣ ਨਹੀਂ ਜੀ, ਪਹਿਲਾਂ ਨੁਕਸ ਹੁੰਦਾ ਸੀ, ਦਵਾਈ ਲੈ ਲਈ ਹੈ। ਜਿੱਥੇ ਆਹ ਹੋ ਸਕਦਾ, ਇੱਕ ਪ੍ਰਧਾਨ ਮੰਤਰੀ ਇਸ ਕਰਕੇ ਅਹੁਦੇ ਤੋਂ ਲਾਹ ਦਿੱਤਾ ਗਿਆ ਕਿ ਉਹਨੇ ਸੁਪਰੀਮ ਕੋਰਟ ਦਾ ਹੁਕਮ ਨਹੀਂ ਮੰਨਿਆ, ਔਰ ਦੂਸਰਾ ਪ੍ਰਧਾਨ ਮੰਤਰੀ ਇਸ ਕਰਕੇ ਅਹੁਦੇ ਤੋਂ ਲਾਹ ਦਿੱਤਾ ਨਵਾਜ਼ ਸ਼ਰੀਫ ਜੀ, ਕਿ ਇਹਨੇ ਅਦਾਲਤ ਵਿੱਚ ਗਲਤ ਐਫੀਡੇਵਿਟ ਦੇ ਕੇ ਅਦਾਲਤ ਨੂੰ, ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੂੰ, ਗੁੰਮਰਾਹ ਕਰਨ ਦਾ ਯਤਨ ਕੀਤਾ ਜਿੱਥੇ ਸਭ ਕੁਝ ਸੱਚ ਹੈ ਜੀ। ਪਾਕਿਸਤਾਨ ਦੇ ਵਿੱਚ ਦਰਾ ਆਦਮ ਖੇਲ ਹੈ, ਜਿੱਥੇ ਹਰ ਚੀਜ਼ ਮਿਲਦੀ ਆ। ਅੱਜ ਜਾ ਕੇ ਕੋਈ ਬੰਦਾ ਆਰਡਰ ਦੇ ਆਵੇ ਕਿ ਮੈਨੂੰ ਅਗਲੇ ਸੋਮਵਾਰ ਇੱਕ ਟੈਂਕ ਚਾਹੀਦਾ ਅਤੇ ਫਲਾਨੀ ਕਿਸਮ ਦਾ ਚਾਹੀਦਾ, ਉਹ ਕਹਿੰਦੇ ਤੂੰ ਜਗ੍ਹਾ ਦੱਸ ਜਾ, ਪਹੁੰਚਾ ਦਿਆਂਗੇ। ਲੰਕਾ ਦੇ ਵਿੱਚ ਲਿੱਟੇ ਵਾਲਿਆਂ ਨੂੰ ਜਿਹੜੇ ਟੈਂਕ ਮਿਲਦੇ ਸੀ ਉਹ ਵੀ ਪਾਕਿਸਤਾਨ ਦੇ ਦਰਾ ਆਦਮ ਖੇਲ ਤੋਂ ਸਪਲਾਈ ਹੁੰਦੇ ਸੀ। ਸੋਮਾਲੀਆ 'ਚ ਜਿਹੜੇ ਮਿਲਦੇ ਉਹ ਵੀ
ਜਿਹੜੇ ISIS ਨੇ ਇਰਾਕ ਵਿੱਚ ਵਰਤੇ ਉਹ ਵੀ ਇੱਥੋਂ ਸਪਲਾਈ ਹੁੰਦੇ ਨੇ। ਹੁਣ ਆਈਏ ਇਹਨਾਂ ਦੇ ਜਹਾਜ਼ ਦੀ ਕਹਾਣੀ ਵੱਲ। ਜੀ, ਪਾਕਿਸਤਾਨ ਇੰਟਰਨੈਸ਼ਨਲ ਏਅਰਵੇਜ਼ ਦਾ ਏਅਰਲਾਈਨਸ ਦਾ ਇੱਕ ਜਹਾਜ਼ ਅਗਵਾ ਗਾਇਬ ਹੋ ਗਿਆ ਅਤੇ ਸਰਕਾਰ ਨੇ ਗੱਲ ਹੀ ਲੁਕਾ ਲਈ, ਲੁਕਾ ਕੇ ਗੱਲ ਅਤੇ ਫਿਰ ਕਹਿੰਦੇ ਜੀ ਇਹ ਤਾਂ ਇੱਥੇ ਕਿਤੇ ਹੋਣਾ ਕੋਈ ਨਹੀਂ। ਮੁਤਹਿਦਾ ਕੌਮੀ ਮੂਵਮੈਂਟ ਜਿਹੜੀ ਆ ਉਹ ਵਿਰੋਧੀ ਧਿਰ ਦੀ ਇੱਕ ਪਾਰਟੀ, ਉਹਨਾਂ ਜਾ ਕੇ ਪਾਰਲੀਮੈਂਟ 'ਚ ਰੌਲਾ ਪਾ ਦਿੱਤਾ ਕਿ ਤੁਸੀਂ ਦੱਸਦੇ ਕਿਉਂ ਨਹੀਂ, ਤੁਹਾਡਾ ਇੱਕ ਜਹਾਜ਼ ਗੁੰਮ ਹੋਇਆ, ਸਾਨੂੰ ਪੁੱਛੋ, ਸਾਡੀ ਸੂਚਨਾ ਇਹ ਹੈ ਕਿ ਉਹ ਬਾਹਰ ਵੇਚ ਦਿੱਤਾ ਗਿਆ। ਜੀ, ਫਿਰ ਸਰਕਾਰ ਨੇ ਆਖਿਆ ਹਾਂਜੀ ਸਾਨੂੰ ਪਤਾ ਲੱਗ ਗਿਆ ਕਿ ਵੇਚ ਦਿੱਤਾ ਗਿਆ। ਇਹਨਾਂ ਦੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦਾ ਜਿਹੜਾ CEO ਹੈ, ਚੀਫ ਐਗਜੈਕਟਿਵ ਅਫਸਰ, ਉਹ ਪਾਕਿਸਤਾਨੀ ਨਹੀਂ ਜੀ, ਉਹ ਜਰਮਨ ਹੈ। ਪਾਕਿਸਤਾਨ ਵਾਲੇ ਉੱਦਾਂ ਤਾਂ ਕਹਿੰਦੇ ਅਸੀਂ ਐਟਮ ਬੰਬ ਬਣਾ ਲਿਆ, ਜਿਹੜੇ ਐਟਮ ਬੰਬ ਬਣਾ ਸਕਦੇ ਆਪਣੀ ਏਅਰਲਾਈਨ ਆਪ ਨਹੀਂ ਚਲਾ ਸਕਦੇ, ਜਰਮਨੀ ਤੋਂ ਲਿਆ ਕੇ CEO ਕਿਉਂ ਲਿਆ ਸੀ, ਉਹਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜੀ। ਫਿਰ ਉੱਤੇ ਦੋਸ਼ ਲਾ ਦਿੱਤੇ ਕਰਪਸ਼ਨ ਦੇ, ਉਹਨੇ ਆਖਿਆ ਜੀ ਠੀਕ ਆ ਮੈਂ ਕੇਸ ਭੁਗਤ ਲਊਂਗਾ। ਇਹਦੇ ਦੌਰਾਨ ਕੰਮ ਤਾਂ ਉਸੇ ਚਲਾਉਣਾ ਸੀ, ਇੱਕ ਫਿਲਮ ਕੰਪਨੀ ਉਹਨੇ ਆਖਿਆ ਜੀ ਅਸੀਂ ਸ਼ੂਟਿੰਗ ਕਰਨ ਜਾਣਾ ਇੰਗਲੈਂਡ 'ਚ ਅਤੇ ਜਹਾਜ਼ ਚਾਹੀਦਾ, ਉਹਨੇ ਆਖਿਆ ਚਾਰਟਰਡ ਫਲਾਈਟ ਤੁਸੀਂ ਜਹਾਜ਼ ਲੈ ਜਾਓ, ਕਿਰਾਇਆ ਭਰ ਦਿਓ, ਉਹਨਾਂ ਨੇ ਭਰਤਾ ਜੀ, ਇਹ ਕਹਿ ਦਿੱਤਾ ਕਿ ਉੱਥੋਂ ਵਾਪਸ ਆ ਜਾਏਗਾ। ਅੱਗੋਂ ਇੰਗਲੈਂਡ ਜਾ ਕੇ ਉਹਨਾਂ ਤੋਂ ਨਵਾਂ ਪਰਮਿਟ ਬਣਾ ਦਿੱਤਾ, ਇਹ ਕਹਿ ਦਿੱਤਾ ਕਿ ਅੱਛਾ ਤੁਸੀਂ ਜਰਮਨੀ ਦਾ ਗੇੜਾ ਵੀ ਮਾਰੋ, ਅਤੇ ਜਰਮਨੀ ਦਾ CEO ਸੀ, ਜਰਮਨੀ ਵਿੱਚ ਜਾ ਕੇ ਜਹਾਜ਼ ਉੱਥੇ ਇੱਕ ਪ੍ਰਾਈਵੇਟ ਕੰਪਨੀ ਨੂੰ ਵੇਚ ਦਿੱਤਾ ਕਿ ਲਓ ਤੁਸੀਂ ਲੈ ਲਓ। ਹੈਰਾਨੀ ਇਸ ਗੱਲ ਦੀ ਨਹੀਂ, ਹੈਰਾਨੀ ਅਗਲੀ ਹੈ ਕਿ ਜਿਹੜਾ ਉੱਥੇ ਜਹਾਜ਼ ਵੇਚਿਆ ਗਿਆ ਉਹ ਸਿਰਫ $50,000 ਦਾ ਵੇਚਿਆ ਗਿਆ। $50,000 ਪਾਕਿਸਤਾਨ ਦੀ ਕਰੰਸੀ ਦੇ ਹਿਸਾਬ ਨਾਲ ਲੋਕ ਕਹਿੰਦੇ ਅਜੇ 30-32 ਲੱਖ ਰੁਪਇਆ ਬਣਦਾ ਜੀ, ਅਤੇ ਜਹਾਜ਼ ਦੀ ਕੀਮਤ ਪਤਾ ਕਿੰਨੀ ਹੈ, 11 ਕਰੋੜ। 11 ਕਰੋੜ ਦਾ ਜਹਾਜ਼ ਜਿਹੜਾ 30-32 ਲੱਖ ਦਾ ਵੇਚ ਦਿੱਤਾ ਗਿਆ ਜੀ। ਇਹ ਕਿਉਂ? ਕਿਉਂਕਿ ਪੰਜਾਬੀ ਦਾ ਇੱਕ ਮੁਹਾਵਰਾ, ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ, ਚੋਰ ਜਦੋਂ ਰਾਤ ਨੂੰ ਦੁਕਾਨ ਦੇ ਵਿੱਚੋਂ ਥਾਨ ਲੁੱਟ ਕੇ ਲਿਆਉਂਦਾ ਜੀ, ਅਤੇ ਜੇ ਉਹ ਪੂਰੇ ਗਜਾਂ ਨਾਲ ਮਿਣ ਮਿਣ ਕੇ ਮੀਟਰਾਂ ਨਾਲ ਮਿਣ ਮਿਣ ਕੇ ਲਵੇ ਅਤੇ ਅਗਲੇ ਪਾਸੇ ਜਿਨ੍ਹਾਂ ਨੇ ਲੈਣਾ ਉਹ ਕਹਿੰਦੇ ਪੂਰੇ ਪੈਸੇ ਤੈਨੂੰ ਥੋੜ੍ਹਾ ਦੇਣੇ, ਤੇਰਾ ਵੀ ਚੋਰੀ ਦਾ ਮਾਲ, ਉਹ ਕਹਿੰਦਾ ਫਿਰ ਗਜ ਰਹਿਣ ਦਿਓ, ਆ ਡਾਂਗ ਚੁੱਕੋ, ਡਾਂਗਾਂ ਨਾਲ ਮਿਲ ਲਓ, ਡਾਂਗ 2.5 ਗਜਾਂ ਦੀ ਵੀ ਹੋ ਸਕਦੀ, 3 ਗਜਾਂ ਦੀ ਵੀ। ਇਹ ਇੱਕ ਮੁਹਾਵਰਾ ਜਿਹੜਾ ਬਣਿਆ ਸੀ ਨਾ, ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ, ਜਰਮਨੀ ਦੇ CEO ਨੇ ਉਸ ਜਹਾਜ਼ ਨੂੰ ਬਾਹਰ ਵੇਚਣ ਲੱਗਿਆ 11 ਕਰੋੜ ਦਾ ਜਹਾਜ਼ 30-32 ਲੱਖ ਦਾ ਵੇਚ ਦਿੱਤਾ, ਅਤੇ ਵੇਚਣ ਤੋਂ ਬਾਅਦ ਉਹਨੇ ਆਖਿਆ ਸੀ ਜੋ ਵੱਟਿਆ ਗਿਆ ਵੱਟਿਆ ਗਿਆ, ਮੈਨੂੰ ਤਾਂ ਹੁਣ ਪਤਾ ਕੋਈ ਨਹੀਂ, ਅਤੇ ਪਾਕਿਸਤਾਨ ਦੀ ਸਰਕਾਰ ਸੱਪ ਨਿਕਲ ਗਿਆ, ਲਕੀਰ 'ਤੇ ਸੋਟੇ ਮਾਰਦੀ ਪਈ ਆ, ਪੱਲੇ ਕੱਖ ਨਹੀਂ ਹੋਣਾ ਜੀ। ਮੈਨੂੰ ਸਰ ਰੋਹਿੰਗਿਆ ਮੁਸਲਮਾਨਾਂ ਦੇ ਮਾਮਲੇ ਦੇ ਵਿੱਚ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਸਟੈਂਡ ਲਿਆ ਅਤੇ ਕਿਹਾ ਕਿ ਉਹ ਲੋਕ ਦੇਸ਼ ਦੇ ਵਿੱਚ ਰਹਿਣ ਦੇ ਹੱਕਦਾਰ ਨਹੀਂ, ਕਈ ਲੋਕ ਇਸ ਨੂੰ ਸਹੀ ਨਹੀਂ ਮੰਨਦੇ, ਤੁਸੀਂ ਕੀ ਕਹੋਗੇ? ਦੇਖੋ, ਬੰਗਲਾਦੇਸ਼ ਵੇਲੇ ਭਾਰਤ ਨੇ ਮਦਦ ਕੀਤੀ ਸੀ ਉਹਨਾਂ ਦੀ ਜੀ, ਜਦੋਂ ਸ਼੍ਰੀਲੰਕਾ ਦੇ ਵਿੱਚ ਤਾਮਿਲ ਸਮੱਸਿਆ ਹੋਈ ਅਤੇ ਉਹਨਾਂ ਦੇ ਜਾਫਨਾ ਸਟੇਟ ਜਿਹੜੀ ਆ ਉਹਦੇ 'ਚੋਂ ਤਾਮਿਲ ਲੋਕ ਉੱਠ ਕੇ ਆਏ ਅਤੇ ਭਾਰਤ ਨੇ ਮਦਦ ਕੀਤੀ। 20 ਸਾਲ ਜਿਹੜੀ ਲਿੱਟੇ ਦੀ ਲੜਾਈ ਚੱਲਦੀ ਰਹੀ, ਉਹਦੇ 'ਚ ਇੱਕ ਪਾਸੇ ਤਾਮਿਲ ਸਨ ਜਿਹੜੀ ਕਮਜ਼ੋਰ ਧਿਰ ਸੀ, ਦੂਸਰੇ ਪਾਸੇ ਸ਼੍ਰੀਲੰਕਾ ਦੇ ਸਿਨਹਾਲੀ ਸਨ ਜਿਹੜੇ ਤਗੜੀ ਧਿਰ ਸੀ ਜੀ। ਫੌਜ ਬਹੁਤਾ ਕਰਕੇ ਸਿਨਹਾਲੀਆਂ ਦੀ ਸੀ ਅਤੇ ਤਾਮਿਲਾਂ ਨੂੰ ਕੁੱਟਦੀ ਸੀ, ਪਰ ਤਾਮਿਲਾਂ ਨੇ ਜਾਫਨਾ ਸਟੇਟ ਦੇ ਵਿੱਚ ਸ਼੍ਰੀਲੰਕਾ ਦੀ ਸਰਕਾਰ ਨੂੰ ਵੜਨ ਨਹੀਂ ਸੀ ਦਿੱਤਾ। ਉਹਦੇ ਜਿਹੜੇ ਤਾਮਿਲ ਆਉਂਦੇ ਸੀ, ਭਾਰਤ ਸਰਕਾਰ ਉਹਨਾਂ ਨੂੰ ਵੀ ਪਨਾਹ ਦਿੰਦੀ ਰਹੀ। ਹੁਣ ਇੱਥੇ ਅੱਜ ਕੱਲ੍ਹ ਮਾਹੌਲ ਬਦਲ ਗਿਆ, ਇੱਕ ਤਾਂ ਸਰਕਾਰ ਸਾਡੀ ਉਹ ਹੈ ਜਿਹੜੀ ਇੱਕ ਖਾਸ ਵਿਚਾਰਧਾਰਾ ਦੀ ਹੈ ਅਤੇ ਉਸ ਵਿਚਾਰਧਾਰਾ 'ਚ ਰੋਹਿੰਗਿਆ ਇਸ ਕਰਕੇ ਫਿੱਟ ਨਹੀਂ ਬੈਠਦੇ ਕਿ ਉਹ ਮੁਸਲਮਾਨ। ਦੂਸਰਾ, ਰੋਹਿੰਗਿਆ ਵਾਲੇ ਜਦੋਂ ਉੱਥੇ ਬੁੱਧ ਧਰਮ ਵਾਲਿਆਂ ਨਾਲ ਲੜੇ ਨੇ ਮਾਇਆਮਾਰ 'ਚ, ਉਸ ਲੜਾਈ ਦੇ ਵਿੱਚ ਇਹਨਾਂ ਨੇ ਇੱਕ ਮੌਕੇ ਦੇ ਉੱਤੇ ਜਾ ਕੇ ਅੱਤਵਾਦੀ ਢੰਗ ਅਪਣਾਇਆ ਅਤੇ ਉਹਦੇ 'ਚ ਇਹ ਸਮਝਿਆ ਜਾਂਦਾ ਕਿ ਕਿਸੇ ਨਾ ਕਿਸੇ ਰੂਪ 'ਚ ਪਾਕਿਸਤਾਨ ਦੀ ਸ਼ਰਾਰਤ ਵੀ ਹੋ ਸਕਦੀ ਹੈ, ਪੱਕਾ ਨਹੀਂ ਕਿ ਹੋਵੇਗੀ। ਹੁਣ ਭਾਰਤ ਸਰਕਾਰ ਨੇ ਜਾ ਕੇ ਸੁਪਰੀਮ ਕੋਰਟ 'ਚ ਕਹਿ ਦਿੱਤਾ ਕਿ ਇਹ ਤਾਂ ਸ਼ਰਨਾਰਥੀ ਨਹੀਂ, ਇਹ ਤਾਂ ਨਜਾਇਜ਼ ਆਏ। ਨਜਾਇਜ਼ ਵਾਲੀ ਗੱਲ ਗਲਤ ਹੈ, ਉਹਨਾਂ ਸਾਰਿਆਂ ਦੇ ਕੋਲ ਆਈ ਕਾਰਡ ਨੇ ਜਿਹੜੇ UNO ਨੇ ਦਿੱਤੇ ਜੀ। UNO ਦਾ ਹਿਊਮਨ ਰਾਈਟਸ ਕਮਿਸ਼ਨ ਕਿਸੇ ਵੀ ਦੇਸ਼ ਵਿੱਚ ਉੱਜੜ ਕੇ ਕੋਈ ਸ਼ਰਨਾਰਥੀ ਆਏ ਹੋਣ, ਉਹਨਾਂ ਨੂੰ ਇੱਕ ਕਾਰਡ ਜਾਰੀ ਕਰਦਾ ਕਿ ਇਹਦੇ ਮੁਤਾਬਕ ਇਹਨਾਂ ਨੂੰ ਰਿਲੀਫ ਮਿਲੇਗੀ, ਖਾਣ ਪੀਣ ਨੂੰ ਰੋਟੀ ਪਾਣੀ ਮਿਲੇਗਾ। ਭਾਰਤ ਸਰਕਾਰ ਉਹਨਾਂ ਕਾਰਡਾਂ ਨੂੰ ਵੀ ਨਹੀਂ ਮੰਨ ਰਹੀ, ਕਹਿੰਦੀ ਇਹ ਨਜਾਇਜ਼ ਆਏ ਆ, ਇਹਨਾਂ ਤੋਂ ਸਾਨੂੰ ਅੱਤਵਾਦ ਦਾ ਖਤਰਾ ਹੈ, ਅਸੀਂ ਧੱਕੇ ਬਾਹਰ ਕੱਢ ਦੇਣੇ ਆ, ਇਹ ਇਲੀਗਲ ਨੇ। ਜਿਹੜਾ ਇਹਨਾਂ ਨੇ ਸੁਪਰੀਮ ਕੋਰਟ ਜਾ ਕੇ ਐਫੀਡੇਵਿਟ ਦਿੱਤਾ, ਉਸ ਐਫੀਡੇਵਿਟ ਦੇ ਨਾਲ ਭਾਰਤ ਦੇ ਬਹੁਤ ਸਾਰੇ ਲੋਕ ਸਹਿਮਤ ਨਹੀਂ, ਪਰ ਬਹੁਤ ਸਾਰੇ ਆ, ਬਹੁਤੇ ਨਹੀਂ, ਬਹੁਤੇ ਦਾ ਮਤਲਬ ਮੈਜੋਰਟੀ ਹੁੰਦਾ ਜੀ, ਪਰ ਬਹੁਤ ਸਾਰੇ ਦਾ ਮਤਲਬ ਕਿ ਲੱਖਾਂ ਹੀ ਕਰੋੜਾਂ ਹੀ ਲੋਕ ਨੇ ਜਿਹੜੇ ਸਮਝਦੇ ਕਿ ਇਹਨਾਂ ਨੂੰ ਹਮਦਰਦੀ ਕਰਨ ਦੀ ਲੋੜ, ਇਹਨਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ,
ਪਰ ਇੱਦਾਂ ਸੋਚਣ ਵਾਲੇ ਲੋਕ ਬਹੁਤ ਸਾਰੇ ਹੋ ਸਕਦੇ ਆ, ਬਹੁਤੇ ਨਹੀਂ ਗੇ, ਮਜੋਰਟੀ ਨਹੀਂ ਗੇ। ਜਿਹੜੀ ਮਜੋਰਟੀ ਆ ਉਹ ਸਰਕਾਰ ਦੇ ਨਾਲ ਖੜੀ ਆ, ਬਹੁਤ ਸੰਮਤੀ ਸਰਕਾਰ ਨਾਲ ਖੜੀ ਹੈ, ਅਤੇ ਸਰਕਾਰ ਇੱਥੇ ਖੜੀ ਹੈ ਕਿ ਅਸੀਂ ਉਹਨਾਂ ਨੂੰ ਇੱਥੇ ਨਹੀਂ ਰਹਿਣ ਦੇਣਾ, ਅਸੀਂ ਉਹਨਾਂ ਨੂੰ ਕੱਢ ਦੇਣਾ। ਕੱਢ ਕੇ ਕਿੱਥੇ ਭੇਜਣਗੇ ਜੇ ਪਤਾ ਨਹੀਂ, ਮਿਆਂਮਾਰ 'ਚੋਂ ਜਾਣਾ ਨਹੀਂ ਚਾਹੁੰਦੇ, ਬੰਗਲਾਦੇਸ਼ ਕੋਲ ਜਗ੍ਹਾ ਨਹੀਂ, ਅਤੇ ਫਿਰ ਉਹਨਾਂ ਨੂੰ ਸਮੁੰਦਰ ਵਿੱਚ ਸੁੱਟਿਆ ਨਹੀਂ ਜਾ ਸਕਦਾ। ਆਖਿਰਕਾਰ ਹੈ ਮਨੁੱਖ ਨੇ, ਇਨਸਾਨ ਨੇ, ਇੱਥੇ UN ਨੂੰ ਕੋਈ ਨਾ ਕੋਈ ਦਖਲ ਦੇਣਾ ਪਏਗਾ। ਜੀ ਮੈਨੂੰ ਸਭ ਦਰਸ਼ਕਾਂ ਕੋਲੋਂ ਵੀ ਇਜਾਜ਼ਤ ਲੈਣ ਦਾ ਸਮਾਂ ਹੋ ਚੁੱਕਾ ਹੈ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਬਹੁਤ ਸਾਰੀਆਂ ਗੱਲਾਂ ਕੀਤੀਆਂ, ਸਵਾਲਾਂ ਦੇ ਜਵਾਬ ਦਿੱਤੇ, ਇਸ ਲਈ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ ਧੰਨਵਾਦ। If you like this video, please subscribe to the channel, like and share this video.